ਪੰਜ ਵਾਲੇ ਐਕਸ਼ਨ ਕਮਿਸ਼ਨ ਨਾਲ ਸਾਡੀ ਡਿਊਟੀ ਲੱਗ ਰਹੀ ਲੱਗੀ ਹੋਈ ਸੀ। ਪੁਲਿਸ ਪਾਰਟੀ ਦੇ ਨਾਲ ਅਸੀਂ 16 ਲੱਖ ਰੁਪਇਆ ਬਰਾਮਦ ਕੀਤਾ ਜੀ। ਰਾਜਸਥਾਨ ਤੋਂ ਗੱਡੀ ਆ ਰਹੀ ਸੀ, ਉਹਦੇ 'ਚ ਉਹ ਸੈਟਿਸਫਾਈ ਨਹੀਂ ਕਰ ਸਕੇ। ਕੀ ਹੈ ਜੀ ਰਿਕਵਰੀ ਜਿਹੜੀ ਹੋਈ ਹੈ 16 ਲੱਖ ਦੀ, ਅਤੇ ਕਿੱਥੋਂ ਹੋਈ ਹੈ, ਕਿਸ ਤਰ੍ਹਾਂ ਲਾਇਆ ਹੋਇਆ ਸੀ ਨਾਕਾ ਜਿਹੜਾ? 26 ਜਨਵਰੀ ਅਤੇ ਵਿਧਾਨ ਸਭਾ ਚੋਣਾਂ ਸੰਬੰਧ ਵਿੱਚ ਸਾਡੇ ਜਿਹੜੇ ਸਾਰੇ ਥਾਣਿਆਂ ਵੱਲੋਂ ਨਾਕੇਬੰਦੀ ਕੀਤੀ ਜਾਂਦੀ ਵੱਖ ਵੱਖ ਜਗ੍ਹਾ 'ਤੇ, ਅੱਜ ਸੁਬਾਹ ਗੋਬਿੰਦਗੜ੍ਹ ਟੀ ਪੁਆਇੰਟ 'ਤੇ ਨਾਕਾ ਲੱਗਾ ਹੋਇਆ। ਉੱਥੇ ਸਾਡੇ ASI ਸਤਨਾਮ ਸਿੰਘ ਅਤੇ ਹੋਰ ਨਾਲ ਦੇ ਕਰਮਚਾਰੀ ਸੀਗੇ ਜੋ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ, ਅਤੇ ਦੌਰਾਨੇ ਚੈਕਿੰਗ ਇੱਕ ਗੱਡੀ ਅਲਟੋ ਰੰਗ ਚਿੱਟਾ ਨੰਬਰ RJ13CC2083 ਆਈ, ਜਿਸ ਨੂੰ ਰੋਕ ਕੇ ਚੈੱਕ ਕਰਕੇ ਤਲਾਸ਼ੀ ਲਈ ਗਈ ਤਾਂ ਉਹਦੇ ਵਿੱਚੋਂ 16 ਲੱਖ ਰੁਪਇਆ ਬਰਾਮਦ ਹੋਇਆ। ਇਹ ਗੱਡੀ ਦੇ ਵਿੱਚ ਦੀਪਕ ਕੁਮਾਰ ਵਾਸੀ ਕਰਨਪੁਰ, ਰਮੇਸ਼ ਕੁਮਾਰ ਵਾਸੀ ਕਰਨਪੁਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਵੜਿੰਗ ਸਵਾਰ ਸੀ, ਜਿਨ੍ਹਾਂ ਨੂੰ ਪੁੱਛਗਿੱਛ ਕੀਤੀ ਗਈ। ਮੋਡਲ ਕੋਡ ਦੀ ਉਲੰਘਣਾ ਕਰਦੇ ਹੋਏ ਉਹਨਾਂ ਨੂੰ 50,000 ਤੋਂ ਵੱਧ ਕੈਸ਼ ਨਹੀਂ ਲਿਆ ਸਕਦੇ ਸੀ, ਜਿਨ੍ਹਾਂ ਕੋਲੋਂ 16 ਲੱਖ ਰੁਪਇਆ ਬਰਾਮਦ ਹੋਇਆ, ਜਿਨ੍ਹਾਂ ਦੇ ਖਿਲਾਫ ਮੋਡਲ ਕੋਡ ਸੰਬੰਧ ਵਿੱਚ ਕਾਰਵਾਈ ਕਰਕੇ ਜਿਹੜਾ 16 ਲੱਖ ਰੁਪਇਆ ਸਰਕਾਰੀ ਖਜ਼ਾਨੇ ਜਮ੍ਹਾਂ ਕਰਾ ਦਿੱਤਾ ਗਿਆ। ਪੁੱਛਗਿੱਛ ਦੌਰਾਨ ਕੋਈ ਪਤਾ ਲੱਗਿਆ ਕਿੱਥੋਂ ਲੈ ਕੇ ਆਏ ਸੀ? ਇਹ ਇਹਨਾਂ ਨੂੰ ਦੱਸਿਆ ਗਿਆ ਸੀ ਬੈਂਕ 'ਚੋਂ ਕਢਾ ਕੇ ਲੈ ਕੇ ਆਏ ਸੀ, ਪਰ ਉਹ ਬਾਅਦ ਜਿਹੜੀ ਉਹ ਇਨਕਮ ਟੈਕਸ ਮਹਿਕਮੇ ਨੂੰ ਸੂਚਿਤ ਕਰਤਾ, ਉਹ ਮਹਿਕਮਾ ਉਹਦੀ ਕਾਰਵਾਈ ਕਰੂਗਾ। ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ 26 ਜਨਵਰੀ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਨੂੰ ਲੈ ਕੇ, ਚੋਣਾਂ ਨੂੰ ਲੈ ਕੇ ਕਿੱਥੇ ਕਿੱਥੇ ਨਾਕੇ ਲਾਏ ਹੋਏ ਜੀ? ਜਿਸ ਤਰ੍ਹਾਂ ਸਾਡੇ ਜੀ ਗੋਬਿੰਦਗੜ੍ਹ ਟੀ ਪੁਆਇੰਟ, ਰਾਜਪੁਰਾ ਬੈਰੀਅਰ, ਇਸੇ ਤਰ੍ਹਾਂ ਗੁੰਜਾਲ ਬੈਰੀਅਰ, ਅਤੇ ਮੇਨ ਆਪਣੇ ਸ਼ਹਿਰ ਦੇ ਵਿੱਚ ਵੀ ਨਾਕੇ ਲੱਗੇ ਹੋਏ ਸੀ ਵੀ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਕੋਈ ਅਨਸਕਾਈਨ ਘਟਨਾ ਨਾ ਵਾਪਰ ਸਕੇ।